ਉਸ ਰਾਵਣ ਨੂੰ ਸਾੜਨ ਦੀ ਲੋੜ ਆ ਜਿਹੜਾ ਨਸ਼ੇ ਦਾ ਰਾਵਣ ਆ, ਉਸ ਰਾਵਣ ਨੂੰ ਸਾੜਨ ਦੀ ਲੋੜ ਆ ਜਿਹੜਾ ਕਰਪਸ਼ਨ ਦਾ ਰਾਵਣ ਆ, ਜਿਹੜਾ ਅੱਜ ਸਾਡੇ ਮਤਲਬ ਕਿ ਕੌਣ ਵਾਂਗੂ ਲੱਗਿਆ ਹੋਇਆ, ਅਤੇ ਉਹ ਰਾਵਣ ਨੂੰ ਸਾੜਨ ਦੀ ਲੋੜ ਆ ਜਿਹੜਾ ਤੁਸੀਂ ਦੇਖ ਰਹੇ ਹੋ APN ਲਾਈਵ। ਮੈਂ ਤੁਹਾਡਾ ਆਪਣਾ ਤੁਸ਼ਾਰ ਕਪੂਰ, ਅੱਜ ਅਸੀਂ ਪਹੁੰਚੇ ਹਾਂ ਜੀ ਵਰਧਮਾਨ ਪਾਰਕ, ਜਿੱਥੇ ਕਿ ਦੁਸਹਿਰੇ ਦਾ ਮੇਲਾ ਬਹੁਤ ਧੂਮਧਾਮ ਨਾਲ ਮਨਾਇਆ ਜਾ ਰਿਹਾ। ਮੈਂ ਕੈਮਰਾਮੈਨ ਨੂੰ ਦੱਸਣਾ ਜਾ ਰਿਹਾ ਕਿ ਆਪਣਾ ਕੈਮਰਾ ਇੱਧਰ ਘੁਮਾਇਆ ਜਾਵੇ, ਜਿੱਥੇ ਕਿ ਕੁੰਭਕਰਨ ਰਾਵਣ ਅਤੇ ਮੇਘਨਾਥ ਜੀ ਦਾ ਪੁਤਲਾ ਬਣਾਇਆ ਗਿਆ ਵਾ। ਔਰ ਤੁਸੀਂ ਦੇਖ ਸਕਦੇ ਹੋ ਕਿ ਇਸ ਦੀ ਜੋ ਉਚਾਈ ਹੈਗੀ ਹੈ ਘੱਟੋ ਘੱਟ 25 ਫੁੱਟ ਤੋਂ ਜ਼ਿਆਦਾ ਹੈਗੀ ਹੈ। ਅਤੇ ਆਪਾਂ ਇਸ ਤੋਂ ਬਾਅਦ ਤੁਹਾਨੂੰ ਦਿਖਾਉਣ ਤੋਂ ਬਾਅਦ ਆਪਾਂ ਕੁਝ ਲੋਕਾਂ ਨਾਲ ਵੀ ਗੱਲਬਾਤ ਕਰਦੇ ਹਾਂ ਕਿ ਉਹ ਕਿੱਦਾਂ ਅੱਜ ਦੁਸਹਿਰੇ ਦੇ ਮੇਲੇ ਦਾ ਆਨੰਦ ਮਾਣ ਰਹੇ ਨੇ। ਤੁਸੀਂ ਦੇਖ ਰਹੇ ਹੋ ਬਹੁਤ ਭਾਰੀ ਭੀੜ ਇਕੱਠੀ ਹੋ ਚੁੱਕੀ ਹੈ। ਆਓ ਜੀ ਆਪਾਂ ਗੱਲਬਾਤ ਕਰਦੇ ਹਾਂ। ਭਾਅ ਜੀ ਆਪਣਾ ਅੱਜ ਦਾ ਜਿਹੜਾ ਦੁਸਹਿਰੇ ਦਾ ਦਿਨ ਹੈ, ਇਹ ਕਿਉਂ ਮਨਾਇਆ ਜਾਂਦਾ ਵਾ? ਅੱਜ ਦੇ ਦਿਨ ਹੀ ਰਾਮ ਨੇ ਰਾਮ ਨੂੰ ਆਪਣੀ ਸੀਤਾ ਦਾ ਬਦਲਾ ਲਿੱਤਾ ਸੀਗਾ ਜੀ, ਅਤੇ ਰਾਵਣ ਨੂੰ ਕਿਸੇ ਦਾ ਬਦਲਾ ਲਿਆ ਸੀ ਉਹਨਾਂ ਨੇ, ਉਹ ਸੀਤਾ ਨੂੰ ਚੱਕ ਕੇ ਲੈ ਗਏ ਸੀਗੇ ਜੀ, ਉਹਨਾਂ ਦਾ ਅਪਹਰਨ ਕਰਨਾ ਚਾਹੁੰਦੇ ਸੀ, ਅਤੇ ਇਸ ਕਰਕੇ ਇਸ ਚੀਜ਼ ਦਾ ਉਹਨਾਂ ਨੇ ਬਦਲਾ ਲਿੱਤਾ ਜੀ ਅੱਜ ਦੇ ਦਿਨ, ਤਾਂ ਕਰਕੇ ਇਹਨਾਂ ਨੂੰ ਇੱਥੇ ਜਲਾਇਆ ਜਾਂਦਾ ਜੀ ਅੱਜ ਦੇ ਦਿਨ। ਅਤੇ ਸ਼੍ਰੀ ਲੰਕਾ ਵਿੱਚ ਜੀ ਇਹਨਾਂ ਦੀ ਪੂਜਾ ਕੀਤੀ ਜਾਂਦੀ ਆ, ਇਹਨਾਂ ਨੂੰ ਗੁਰੂ ਮੰਨਦੇ ਨੇ ਜੀ। ਅਤੇ ਹਾਂਜੀ, ਕਿਉਂ ਪੂਜਾ ਹੁੰਦੀ ਹੈ ਇਹਨਾਂ ਦੀ, ਉਹਦਾ ਕਾਰਨ ਹੈਗਾ ਕੋਈ? ਕਾਰਨ ਨਹੀਂ ਪਤਾ ਹੈਗਾ ਜੀ, ਪਰ ਉੱਥੇ ਇਹਨਾਂ ਨੂੰ ਮੰਨਦੇ ਨੇ ਜੀ, ਗੁਰੂ ਮੰਨਦੇ ਨੇ, ਕਿਉਂਕਿ ਉਹਨਾਂ ਦੀ ਲੰਕਾ ਸੀਗੀ ਜੀ ਉੱਥੇ। ਕਿੰਨੇ ਭਰਾ ਸੀਗੇ ਰਾਵਣ ਹੁਣੀ? ਰਾਵਣ ਹੁਣੀ ਇਹ ਤਾਂ ਪਤਾ ਨਹੀਂ ਜੀ। ਨਹੀਂ ਪਤਾ ਜੀ? ਨਹੀਂ। ਜਿਵੇਂ ਕਿ ਤੁਸੀਂ ਦੇਖਿਆ ਕਈ ਲੋਕਾਂ ਨੂੰ ਪੂਰਾ ਪਤਾ ਹੁੰਦਾ, ਕਈ ਲੋਕਾਂ ਨੂੰ ਨਹੀਂ ਵੀ ਪਤਾ ਹੁੰਦਾ। ਆਓ ਆਪਾਂ ਕੁਛ ਹੋਰ ਲੋਕਾਂ ਨਾਲ ਗੱਲਬਾਤ ਕਰਦੇ ਹਾਂ ਅਤੇ ਇਸ ਬਾਰੇ ਪੁੱਛਦੇ ਹਾਂ ਲੋਕਾਂ ਨਾਲ। ਰਾਮ ਜੀ ਜਿੱਤ ਕੇ ਲੈ ਕੇ ਆਇਆ ਸੀ, ਜਿੱਤ ਪ੍ਰਾਪਤ ਕੀਤੀ ਸੀਗੀ। ਤੁਹਾਨੂੰ ਇੰਨਾ ਪਤਾ ਵਾ ਕਿ ਜਿਹੜੇ ਰਾਵਣ ਜੀ ਸੀਗੇ ਕਿੰਨੇ ਵੇਦਾਂ ਦਾ ਗਿਆਨ ਸੀਗਾ ਉਹਨਾਂ ਨੂੰ ਪਤਾ ਕੁਛ? ਨਹੀਂ ਵਿਆਹ ਉਹਦੇ ਬਾਰੇ ਨਹੀਂ ਪਤਾ। ਤੁਹਾਨੂੰ ਪਤਾ ਭਾਅ ਜੀ ਕਿੰਨੇ ਵੇਦਾਂ ਦਾ ਗਿਆਨ ਬਾਰੇ ਨਹੀਂ ਪਤਾ ਹੈਗਾ? 4 ਵੇਦਾਂ ਦਾ ਗਿਆਨ ਸੀ ਉਹਨਾਂ ਨੂੰ। ਭਾਈ ਰਾਵਣ ਹੋਣੀ ਕਿੰਨੇ ਭਰਾ ਸੀਗੇ? ਰਾਵਣ ਹੋਣੀ ਦਾ ਪਤਾ ਨਹੀਂ, ਬਾਕੀ ਇੰਨਾ ਪਤਾ 3 ਤਾਂ ਹੈਗੇ ਸੀਗੇ ਜਿਹੜੇ ਟੰਗੇ ਹੋਏ ਨੇ। ਟੰਗੇ ਹੋਏ ਹੋਏ ਆਹ ਮਤਲਬ ਉਹੀ ਰੱਖੇ ਹੋਏ ਨੇ। ਅਤੇ ਰਾਵਣ ਜੀ ਕਿੰਨਾ ਦੀ ਪੂਜਾ ਕਰਦੇ ਸੀਗੇ, ਪਤਾ ਕਿਹਦਾ ਭਗਤ ਸੀਗੇ? ਰਾਵਣ ਯਾਦ ਤਾਂ, ਪਰ ਆਈ ਥਿੰਕ ਹੁਣ ਇਸ ਟਾਈਮ ਯਾਦ ਨਹੀਂ ਹੈ, ਪੜ੍ਹੀ ਤਾਂ ਆਈ ਆ ਉਸ ਟਾਈਮ ਜੋ ਛੋਟੇ ਹੁੰਦੇ ਸੀ, ਹੁਣ ਯਾਦ ਨਹੀਂ। ਸ਼ੰਕਰ ਜੀ ਦੇ ਸੀਗੇ, ਇਹ ਉਹਨਾਂ ਦੀ ਪੂਜਾ ਕਰਦੇ ਸੀ। ਹਾਂਜੀ ਹਾਂਜੀ ਹਾਂਜੀ। ਤੇ ਸਰੂਪ ਨਖਾ ਕੌਣ ਸੀਗੀ? ਇਹਨਾਂ ਦੀ ਭੈਣ। ਇਹਨਾਂ ਦੀ ਸਗੀ ਭੈਣ ਸੀ ਜਾਂ ਸੁਤੇਲੀ ਸੀ, ਪਤਾ ਕੁਝ? ਸਗੀ ਸੀ ਮੇਰੇ ਖਿਆਲ, ਆਈ ਥਿੰਕ। ਨਹੀਂ, ਸੁਤੇਲੀ ਭੈਣ ਸੀ। ਸੁਤੇਲੀ ਸੀਗੀ। ਯਾਰਾ ਬਣਾਉਣ ਆਏ ਹੋ, ਕਿੱਦਾਂ ਦਾ ਮਹਿਸੂਸ ਕਰ ਰਹੇ ਹੋ? ਵਧੀਆ ਲੱਗ ਰਿਹਾ ਸਰ। ਭਾਈ ਰਾਵਣ ਹੋਣੀ ਕਿੰਨੇ ਭਰਾ ਸੀਗੇ, ਪਤਾ ਕੁਝ? 3 ਭਰਾ ਸੀ। ਹਾਂਜੀ, 3 ਭਰਾ ਸੀ ਸਰ। ਕੌਣ ਕੌਣ ਸੀਗੇ ਜੀ ਤਿੰਨੋਂ ਭਰਾ? ਰਾਵਣ, ਮੇਘਨਾਥ, ਆਹ ਕੁੰਭਕਰਨ। ਠੀਕ ਹੈ। ਤੇ ਵਿਭੀਸ਼ਣ ਕੌਣ ਸੀਗਾ, ਪਤਾ ਕੁਝ? ਇੰਨਾ ਨਹੀਂ ਪਤਾ ਸਰ। ਨਹੀਂ ਪਤਾ। ਸਾਰੇ ਕਮੇਟੀ ਦੇ ਮੈਂਬਰ ਸਹਿਮਾਨ, ਉਹਨਾਂ ਦਾ ਵੈਲਕਮ ਕਰ ਰਹੇ ਨੇ ਸਾਡੇ ਦੀਵਾਨ ਸ਼੍ਰੀ। ਦੇਖੋ ਅੱਜ ਭਗਵਾਨ ਪ੍ਰਭੂ ਰਾਮ ਦਾ ਜਿਹੜਾ ਅੱਜ ਲੋਕਾਂ ਨੂੰ ਸੰਦੇਸ਼ ਸੀਗਾ, ਉਹ ਅੱਜ ਸਾਰੇ ਦੁਸਹਿਰੇ ਦੇ ਰੂਪ ਦੇ ਵਿੱਚ ਲੋਕ ਮਨਾ ਕੇ ਵੱਖ ਵੱਖ ਜਗ੍ਹਾ ਤੋਂ ਭਗਵਾਨ ਰਾਮ ਦੀ ਜੋ ਅੱਛਾਈ ਸੀਗੀ ਔਰ ਰਾਵਣ ਦੀ ਜਿਹੜੀ ਬੁਰਾਈ ਸੀ ਅੱਜ ਲੋਕਾਂ ਦੇ ਵਿੱਚ ਸਾਹਮਣੇ ਆਉਂਦੀ ਹੈ। ਇਸੇ ਤਰ੍ਹਾਂ ਹੀ ਭਗਵਾਨ ਰਾਮ ਦੇ ਦੱਸੇ ਦੇ ਮਾਰਗ 'ਤੇ ਚੱਲਾਂਗੇ, ਸਮਾਜ ਦਾ ਅਤੇ ਲੋਕਾਂ ਦਾ ਭਲਾ ਤਾਂ ਹੀ ਹੋ ਸਕਦਾ।
ਜੇ ਭਗਵਾਨ ਰਾਮ ਦੇ ਮਾਰਗ ਦੇ ਉੱਤੇ ਚੱਲਾਂਗੇ। ਅੱਜ ਮੈਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਸ਼ੁਭ ਦਿਹਾੜੇ ਦੇ ਦੁਸਹਿਰੇ ਦੇ ਦਿਨ 'ਤੇ। ਅੱਜ ਨਸ਼ੇ ਦਾ ਵੀ ਰਾਵਣ ਸਾੜ ਦੇਣਾ ਆਮ ਆਦਮੀ ਪਾਰਟੀ ਆ। ਸਾਰੀ ਪਬਲਿਕ ਸਾਰੀ ਹਰਿਮੰਦਰ ਕਮੇਟੀ ਨੂੰ ਜਿਹਨੇ ਵੀ ਮਹਿਮਾਨ ਆ ਰਿਹਾ ਮੈਂ ਲੱਖ ਲੱਖ ਵਧਾਈ ਦਿੰਦਾ ਵਾ। ਸਾਡਾ ਸਦੀਆਂ ਪੁਰਾਣਾ ਬਹੁਤ ਪਵਿੱਤਰ ਬਹੁਤ ਮਹੱਤਵਪੂਰਨ ਤਿਉਹਾਰ ਆ ਅੱਜ ਬਦੀ ਅਤੇ ਨੇਕੀ ਦੀ ਜਿੱਤ ਦਾ ਜਿਹੜਾ ਨੇਕੀ ਦੀ ਜਿੱਤ ਦਾ ਪ੍ਰਤੀਕ ਬੁਰਾਈਆਂ ਜਿਹੜੀਆਂ ਨੇ ਨਾ ਉਹ ਬੰਦੇ ਲਈ ਇੰਨੀਆਂ ਨਾ ਕਾਫੀ ਨੇ ਨਾ ਉਹਨਾਂ ਦੇ ਉਹਦੇ ਖਿਲਾਫ ਨੇ ਬੰਦੇ ਦੇ ਕਿਰਦਾਰ ਦੇ। ਇੱਕ ਵਾਰੀ ਤੁਸੀਂ ਗਲਤੀ ਕਰ ਲਓ ਉਹ ਗਲਤੀ ਖਿਹੜਾ ਨਹੀਂ ਛੱਡਦਾ। ਰਾਮ ਭਗਵਾਨ ਅਤੇ ਮਾਤਾ ਸੀਤਾ ਜੀ ਵਨਵਾਸ ਵਿੱਚ ਸੀ ਆਪਾਂ ਸਾਰੇ ਜਾਣਦੇ ਹਾਂ। ਰਾਵਣ ਨੇ ਮਾਤਾ ਸੀਤਾ ਦਾ ਅਪਹਰਣ ਕੀਤਾ। ਹਾਲਾਂਕਿ ਉਹ ਵਿਦਵਾਨ ਸੀ, ਚਾਰ ਵੇਦਾਂ ਦਾ ਗਿਆਤਾ ਸੀ, ਪੰਡਿਤ ਸੀ ਔਰ ਮਹਾਦੇਵ ਦਾ ਬੜਾ ਵੱਡਾ ਭਗਤ ਸੀ, ਹਜ਼ਾਰ ਸਾਲ ਦੀ ਤਪੱਸਿਆ ਸੀ, ਪਰ ਉਹਨੇ ਇੱਕ ਗਲਤੀ ਕੀਤੀ ਕਿ ਮਾਤਾ ਸੀਤਾ ਦਾ ਅਪਹਰਣ ਕੀਤਾ ਅਹੰਕਾਰ ਵਿੱਚ ਆ ਕੇ। ਔਰ ਅੱਜ ਤੱਕ ਸਦੀਆਂ ਹੋ ਗਈਆਂ ਉਹਦਾ ਪੁਤਲਾ ਫੂਕਿਆ ਜਾ ਰਿਹਾ। ਇਹ ਇੱਕ ਇਸ ਗੱਲ ਦਾ ਪ੍ਰਤੀਕ ਆ ਵੀ ਗਲਤੀ ਨਾ ਕਰੋ ਜੀਵਨ 'ਚ। ਇੱਕ ਗਲਤੀ ਵੀ ਕਰ ਲਈਏ ਨਾ ਤੁਸੀਂ ਜਿਹੜੇ ਮਰਜ਼ੀ ਚੰਗੇ ਹੋ ਉਸ ਤੋਂ ਬਾਅਦ ਤੁਹਾਨੂੰ ਸਮਾਜ ਕਦੇ ਵੀ ਪ੍ਰਵਾਨ ਨਹੀਂ ਕਰਦਾ। ਇਸ ਕਰਕੇ ਕੋਸ਼ਿਸ਼ ਕਰੋ ਵੀ ਕਦੇ ਕੋਈ ਗਲਤੀ ਨਾ ਕੀਤੀ ਜਾਵੇ। ਇਹ ਬਹੁਤ ਇਸ ਗੱਲ ਦਾ ਸਾਡੇ ਲਈ ਮੈਸੇਜ ਆ, ਇੱਕ ਗਿਆਨ ਆ ਕਿ ਆਪਣੇ ਜੀਵਨ ਨੂੰ ਸੁਧਾਰ ਕੇ ਰੱਖੋ, ਆਪਣੇ ਜੀਵਨ ਨੂੰ ਅੱਛਾਈਆਂ 'ਚ ਲੈ ਕੇ ਜਾਓ, ਬੁਰਾਈਆਂ 'ਚ ਨਾ ਲੈ ਕੇ ਜਾਓ। ਜੇ ਤੁਸੀਂ ਬੁਰਾਈ ਕਰਦੇ ਹੋ ਤਾਂ ਫਿਰ ਅਲਟੀਮੇਟ ਤੁਹਾਨੂੰ ਪੂਰਾ ਸਮਾਜ ਘਿਰਨਾ ਕਰ। ਦੁਸਹਿਰੇ ਦੀ ਅਲੱਗ ਅਲੱਗ ਵਧਾਈਆਂ ਜੀ ਸਾਰੀ ਜਨਤਾ ਨੂੰ, ਸਾਡੇ ਪੰਡਿਤ ਜੀ ਓਮ ਪ੍ਰਕਾਸ਼ ਜੀ ਵਿਸ਼ਿਸ਼ਟ। ਦੱਸੋ ਪੰਡਿਤ ਜੀ ਦੁਸਹਿਰੇ ਬਾਰੇ। ਜੈ ਸ਼੍ਰੀ ਰਾਮ। ਜੈ ਸ਼੍ਰੀ ਰਾਮ। ਅੱਜ ਦੁਸਹਿਰਾ ਪੁਰਬ ਸਾਰੇ ਦੇਸ਼ ਕੇ ਅੰਦਰ ਬੜੀ ਧੂਮਧਾਮ ਸੇ ਮਨਾਇਆ ਜਾ ਰਿਹਾ ਹੈ। ਇਹ ਜੋ ਦੁਸਹਿਰਾ ਆਪ ਲੋਕ ਦੇਖ ਰਹੇ ਹੈ ਇਹ ਬਹੁਤ ਹੀ ਜਨਸੰਖਿਆ ਇਕੱਠੀ ਹੋਈ ਹੈ। ਸ਼੍ਰੀ ਹਰਿਓਮ ਮੰਦਿਰ ਕਮੇਟੀ ਕੀ ਔਰ ਸੇ ਰਾਵਣ ਕਾ ਦਹਿਨ ਕੀਆ ਜਾਏਗਾ, ਡੋਲੇ ਚਲਾਏ ਜਾਏਗੇ, ਪਟਾਕੇ ਚਲਾਏ ਜਾਏਗੇ ਔਰ ਯਹਾਂ ਪਰ ਧਾਰਮਿਕ ਸੰਸਥਾ ਕੀ ਔਰ ਸੇ ਬੜਾ ਹੀ ਅੱਛਾ ਪ੍ਰੋਗਰਾਮ ਕੀਆ ਗਿਆ ਹੈ। ਸਭ ਕੋ ਸ਼੍ਰੀ ਹਰਿਓਮ ਮੰਦਿਰ ਕਮੇਟੀ ਕੀ ਔਰ ਸੇ ਪ੍ਰਧਾਨ ਅਨਿਲ ਗੁਪਤਾ ਕੀ ਔਰ ਸੇ, ਰਾਜੀਵ ਟੰਡਨ ਜੀ, ਜੋਨੀ ਭੱਲਾ ਜੀ ਔਰ ਬਹੁਤ ਸਾਰੇ ਮੈਂਬਰ ਹਮਾਰੇ ਜਿਸਕੇ ਨਾਮ ਲੈ ਜਾਏ ਤੋ ਉਨਕੇ ਔਰ ਸੇ ਵੀ ਸਾਰੇ ਵੀ ਸਭ ਕੋ ਸਾਰੇ ਦੇਸ਼ ਕੋ ਸਾਰੇ ਮੁਹੱਲੇ ਨਿਵਾਸੀਓਂ ਕੋ ਲੱਖ ਲੱਖ ਵਧਾਈ। ਮੰਦਿਰ ਮੋਤੀ ਨਗਰ ਕੀ ਔਰ ਸੇ ਹਰ ਸਾਲ ਦੀ ਰਹੀ ਸਾਲ ਵੀ ਦੁਰਗਾ ਸਤੁਤੀ, ਨੌ ਦਿਨ ਦੁਰਗਾ ਸਤੁਤੀ ਔਰ ਦਸਵੇਂ ਦਿਨ ਦੁਸਹਿਰਾ ਸ਼੍ਰੀ ਹਰਿਓਮ ਮੰਦਿਰ ਕੀ ਔਰ ਸੇ
ਹਰ ਸਾਲ ਦੀ ਰਹੀ ਸਾਲ ਵੀ ਬੜੀ ਧੂਮਧਾਮ ਅਤੇ ਸ਼ਰਧਾ ਦੇ ਨਾਲ ਔਰ ਲੱਖਾਂ ਦੁਨੀਆ ਦੇ ਹਿਸਾਬ ਦੇ ਨਾਲ ਸਹੀਆਂ ਗਰਾਊਂਡ ਦੇ ਵਿੱਚ ਪਹੁੰਚੀ ਹੈ। ਅਸੀਂ ਇਹਨਾਂ ਦਾ ਔਰ ਸ਼੍ਰੀ ਹਰਿਮੰਦਰ ਕਮੇਟੀ ਦਾ ਸਾਰੀ ਦਾ ਧੰਨਵਾਦ ਕਰਦੇ ਹਾਂ। ਜੈ ਸ਼੍ਰੀ ਰਾਮ, ਜੈ ਸ਼੍ਰੀ ਰਾਮ, ਜੈ ਸ਼੍ਰੀ ਰਾਮ। ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਅੱਛੀ ਤਰੀਕੇ ਨਾਲ ਦੁਸਹਿਰੇ ਦਾ ਤਿਉਹਾਰ ਮਨਾਇਆ ਜਾ ਰਿਹਾ ਔਰ ਬਹੁਤ ਭਾਰੀ ਤਰ੍ਹਾਂ ਦੀ ਭੀੜ ਇਕੱਠੀ ਹੋਈ ਹੈ ਔਰ ਤੁਸੀਂ ਦੇਖ ਸਕਦੇ ਹੋ ਕਿ ਪਟਾਕੇ ਚਲਾਉਣੇ ਸ਼ੁਰੂ ਕਰ ਦਿੱਤੇ ਗਏ ਨੇ। ਦੁਸਹਿਰੇ ਕਿ ਦਿਨ ਇਹ ਕਹਿਣਾ ਚਾਹੁੰਦਾ ਜੋ ਸਾਡੀ ਕਮੇਟੀ ਹੈਗੀ ਜਿਨ੍ਹਾਂ ਨੇ ਵਰਧਮਾਨ ਚੌਂਕ 'ਤੇ ਆ ਕੇ ਪੂਰਾ ਪਲਾਨ ਕੀਤਾ ਹੈ, ਇਹਨਾਂ ਨੇ ਬੜਾ ਵਧੀਆ ਕੰਮ ਕੀਤਾ, ਇਹਨਾਂ ਨੇ ਸਾਨੂੰ ਕਾਫੀ ਕੋਆਪਰੇਸ਼ਨ ਵੀ ਦਿੱਤੀ ਹੈ ਔਰ ਅਸੀਂ ਇਹੀ ਇਨਸ਼ੋਰ ਕਰਾ ਰਹੇ ਹਾਂ ਕਿ ਜੀ ਇਹਦਾ ਜੋ ਇਵੈਂਟ ਹੈਗਾ ਇਹ ਬੜਾ ਪੀਸਫੁਲੀ ਔਰ ਸਕਸੈਸਫੁਲੀ ਚੱਲ। ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕੁੰਭਕਰਨ ਨੂੰ ਅਗਨੀ ਦੇ ਹਵਾਲੇ ਕਰ ਦਿੱਤਾ ਗਿਆ ਅਤੇ ਤੁਸੀਂ ਦੇਖ ਸਕਦੇ ਹੋ ਲੋਕਾਂ ਦਾ ਭੀੜ ਜੋ ਹੈ, ਲੋਕਾਂ ਦੀ ਭੀੜ ਬਹੁਤ ਹੀ ਜ਼ਿਆਦਾ ਹੋ ਚੁੱਕੀ ਹੈ ਅਤੇ ਇਸੇ ਤਰ੍ਹਾਂ ਤੁਹਾਨੂੰ ਲਾਈਵ ਦਿਖਾਉਂਦਾ ਰਹਾਂਗੇ। APU ਨਿਊਜ਼ ਤੋਂ ਬਿਲਕੁਲ ਸਿੱਧਾ ਪ੍ਰਸਾਰਣ ਤੁਹਾਨੂੰ ਲਾਈਵ ਦਿਖਾ ਰਹੇ ਹਾਂ। ਕੁੰਭਕਰਨ ਨੂੰ ਅਗਨੀ ਦੇ ਹਵਾਲੇ ਕਰ ਦਿੱਤਾ ਗਿਆ ਅਤੇ ਤੁਸੀਂ ਲਾਈਵ ਤਸਵੀਰਾਂ ਦੇਖ ਸਕਦੇ ਹੋ ਅਤੇ ਤੁਸੀਂ ਦੇਖ ਸਕਦੇ ਹੋ ਕੁੰਭਕਰਨ ਨੂੰ ਅਗਨੀ ਦੇ ਹਵਾਲੇ ਕਰ ਦਿੱਤਾ ਗਿਆ ਅਤੇ ਉਸ ਤੋਂ ਬਾਅਦ ਮੇਘਨਾਥ ਨੂੰ ਅਗਨੀ ਦੇ ਹਵਾਲੇ ਕਰਨ ਲੱਗੇ ਨੇ ਔਰ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਅਸੀਂ APN ਲਾਈਵ ਨਿਊਜ਼ ਤੋਂ। ਜਿਵੇਂ ਕਿ ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ APN ਲਾਈਵ ਨਿਊਜ਼ ਤੋਂ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਰਾਵਣ ਅਗਨੀ ਦੇ ਹਵਾਲੇ ਕਰ ਦਿੱਤਾ ਗਿਆ ਦੇਖ ਸਕਦੇ ਹੋ ਭਾਰੀ ਭੀੜ ਹੈ ਪਿੱਛੇ ਲੋਕਾਂ ਦਾ ਇਸ ਮੇਲੇ ਦੇ ਵਿੱਚ ਬਹੁਤ ਉਤਸ਼ਾਹਿਤ ਨੇ ਲੋਕ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਰਾਵਣ ਜੀ ਨੂੰ ਅਗਨੀ ਦੇ ਹਵਾਲੇ ਕਰ ਦਿੱਤਾ ਗਿਆ ਅਤੇ ਬਹੁਤ ਹੀ ਧੂਮਧਾਮ ਨਾਲ ਅੱਜ ਦਾ ਜੋ ਦੁਸਹਿਰਾ ਮਨਾਇਆ ਗਿਆ ਬੁਰਾਈ ਅਤੇ ਅੱਛਾਈ ਦੀ ਅੱਜ ਜੀਤ ਹੋਈ ਹੈ। ਹਾਂਜੀ ਸਰ, ਅੱਜ ਤੁਸੀਂ ਦੁਸਹਿਰੇ ਤਿਉਹਾਰ ਦੇ ਮੌਕੇ 'ਤੇ ਅੱਜ ਪਹੁੰਚੋ, ਕੀ ਕਹਿਣਾ ਚਾਹੁੰਦੇ ਹੋ? ਅੱਜ ਮੋਤੀ ਨਗਰ ਸ਼੍ਰੀ ਹਰੀਓਮ ਮੰਦਰ ਵੱਲੋਂ ਕਮੇਟੀ ਵੱਲੋਂ ਸਾਰੇ ਇਕੱਠੇ ਹੋ ਕੇ ਦੁਸਹਿਰੇ ਦੇ ਤਿਉਹਾਰ 'ਤੇ ਅੱਜ ਦੁਸਹਿਰਾ ਲਾਇਆ ਗਿਆ। ਅੱਜ ਵਿਜੇ ਦਸਵੀਂ ਦੁਸਹਿਰੇ 'ਤੇ ਸਾਰੇ ਹੀ
ਲੱਖਾਂ ਨਿਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਅਤੇ ਧੰਨਵਾਦ ਕਰਦਾ ਸਾਰੀ ਸ਼੍ਰੀ ਰਾਮਲੀਲਾ ਕਮੇਟੀ ਦੀ, ਪ੍ਰਬੰਧਕ ਕਮੇਟੀ ਦੇ, ਸ਼੍ਰੀ ਹਰੀਓਮ ਮੰਦਿਰ ਦੇ ਸਾਰੇ ਹੀ ਪ੍ਰਧਾਨ ਸਾਹਿਬ ਅਤੇ ਮੈਂਬਰ ਸਾਹਿਬਾਨਾਂ ਦਾ, ਜਿਨ੍ਹਾਂ ਨੇ ਅੱਜ ਲਗਾਤਾਰ ਹਰ ਸਾਲ ਦੀ ਤਰ੍ਹਾਂ ਦੁਸਹਿਰਾ ਲਾ ਕੇ ਲੋਕਾਂ ਨੂੰ ਜਿੱਤ ਸੱਚਾਈ ਦੇ ਪਹਿਰਾ ਦੇਣ ਦਾ ਹੋਕਾ ਦਿੱਤਾ ਵਾ ਅਤੇ ਔਰ ਆਓ ਇਕੱਠੇ ਹੋ ਕੇ ਮੈਂ ਬੇਨਤੀ ਕਰਦਾ ਅੱਜ ਨੇਕੀ 'ਤੇ ਮਤਲਬ ਕਿ ਵਧੀ 'ਤੇ ਨੇਕੀ ਦੀ ਜਿੱਤ ਹੋਈ ਆ ਔਰ ਜਿਹੜਾ ਸੱਚਾਈ 'ਤੇ ਪਹਿਰਾ ਦਿੰਦਾ ਹਮੇਸ਼ਾ ਉਹਦੀ ਜਿੱਤ ਹੁੰਦੀ ਆ ਅਤੇ ਆਓ ਇਕੱਠੇ ਹੋ ਕੇ ਆਪਾਂ ਸੱਚਾਈ 'ਤੇ ਪਹਿਰਾ ਦੇਈਏ, ਇਮਾਨਦਾਰੀ ਨਾਲ ਇੱਕ ਦੂਜੇ ਦੇ ਮਤਲਬ ਕਿ ਭਾਈਚਾਰਾ ਬਣਾ ਕੇ ਆਪਣੇ ਪੰਜਾਬ ਨੂੰ ਖੁਸ਼ਹਾਲ ਬਣਾਈਏ ਅਤੇ ਅੱਜ ਦੇ ਇਸ ਦੁਸਹਿਰੇ 'ਤੇ ਸਾਰਿਆਂ ਨੂੰ ਲੱਖ ਲੱਖ ਵਧਾਈ, ਧੰਨਵਾਦ, ਜੈ ਸ਼੍ਰੀ ਰਾਮ। ਉਹ ਰਾਵਣ ਸਾੜਿਆ ਜਿਹੜਾ ਮਤਲਬ ਕਿ ਗਲਤ ਰਸਤੇ ਚੱਲ ਕੇ ਔਰ ਚੱਲਿਆ ਸੀ ਅਤੇ ਉਹਨੂੰ ਰਾਵਣ ਨੂੰ ਸਾੜਿਆ ਅਤੇ ਅੱਜ ਉਸ ਰਾਵਣ ਨੂੰ ਸਾੜਨ ਦੀ ਲੋੜ ਆ ਜਿਹੜਾ ਨਸ਼ੇ ਦਾ ਰਾਵਣ ਆ, ਉਸ ਰਾਵਣ ਨੂੰ ਸਾੜਨ ਦੀ ਲੋੜ ਆ ਜਿਹੜਾ ਕਰਪਸ਼ਨ ਦਾ ਰਾਵਣ ਆ ਜਿਹੜਾ ਅੱਜ ਸਾਡੇ ਮਤਲਬ ਕਿ ਕੌਣ ਵਾਂਗੂ ਲੱਗਿਆ ਹੋਇਆ ਅਤੇ ਉਹ ਰਾਵਣ ਨੂੰ ਸਾੜਨ ਦੀ ਲੋੜ ਆ ਜਿਹੜਾ ਗੈਂਗਸਟਰ ਗੁੰਡਾ ਰੰਗ ਕੇ ਰਾਜ ਚਲਾ ਰਿਹਾ ਵਾ, ਉਹਨੂੰ ਸਾੜ ਕੇ ਪੰਜਾਬ ਨੂੰ ਕਛਾਲ ਬਣਾਉਣਾ ਸਾਡਾ ਸਾਰਿਆਂ ਦਾ ਮੁੱਢਲਾ ਫਰਜ਼ ਹੈ। ਮੈਂ ਸਾਰੇ ਨੌਜਵਾਨ ਮੇਰਿਆਂ ਨੂੰ ਬੇਨਤੀ ਕਰਦਾ, ਅਪੀਲ ਕਰਦਾ, ਆਓ ਇਕੱਠੇ ਹੋ ਕੇ ਜਿਵੇਂ ਤੁਸੀਂ ਆਸ਼ੀਰਵਾਦ ਦੇ ਕੇ ਸਾਥ ਦੇ ਕੇ ਆਮ ਆਦਮੀ ਪਾਰਟੀ ਸਰਕਾਰ ਬਣਾਈ ਆ ਅਤੇ ਉਸ ਦਾ ਸਾਥ ਦਿਓ ਅਤੇ ਨਸ਼ੇ ਵਾਲਾ ਰਾਵਣ ਅਤੇ ਗੁੰਡਾਗਰਦੀ ਵਾਲਾ ਅਤੇ ਕਰਪਸ਼ਨ ਵਾਲਾ ਰਾਵਣ ਖਤਮ ਕਰਕੇ ਇਹਨੂੰ ਸਾੜ ਕੇ ਇੱਕ ਇਮਾਨਦਾਰ ਸਰਕਾਰ ਦਾ ਸਾਥ ਦੇ ਕੇ ਆਪਣੇ ਪੰਜਾਬ ਨੂੰ ਖੁਸ਼ਹਾਲ ਬਣਾਈਏ, ਪੰਜਾਬ ਨੂੰ ਤਰੱਕੀ 'ਤੇ ਲੈ ਕੇ ਜਾਈਏ ਤਾਂ ਕਿ ਆਉਣ ਵਾਲਾ ਸਮਾਜ ਆਪਣਾ ਵਧੀਆ ਸਿਰਜੀਏ। ਧੰਨਵਾਦ।